ਅੱਜ ਦਾ ਵਿਸ਼ਾ ਖੀਰਾ ਖਾਣ ਦੇ ਫਾਇਦੇ। ਖੀਰਾ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਇੱਕ ਆਮ ਜਿਹੀ ਸਬਜ਼ੀ ਦੇ ਰੂਪ ਵਿੱਚ ਸਾਨੂੰ ਵੇਖਣ ਨੂੰ ਮਿਲਦਾ ਹੈ, ਪਰ ਅਸਲ ਵਿੱਚ ਅਸੀਂ ਖੀਰੇ ਦੇ ਕੀਮਤੀ ਗੁਣਾਂ ਤੋਂ ਕਦੇ ਵੀ ਵਾਕਫ ਨਹੀਂ ਹੁੰਦੇ। ਜਾਣੋ ਸਾਡੇ ਸਰੀਰ ਲਈ ਖੀਰਾ ਖਾਣਾ ਕਿਉਂ ਜ਼ਰੂਰੀ ਹੈ। ਖੀਰਾ ਕਬਜ਼ ਨੂੰ ਦੂਰ ਕਰਦਾ ਹੈ ਅਤੇ ਢਿੱਡ ਦੀਆਂ ਕਈ ਬਿਮਾਰੀਆਂ ਤੋਂ ਰਾਹਤ ਪਹੁੰਚਾਉਂਦਾ ਹੈ। ਖੀਰਾ ਵਾਲਾਂ ਵਾਸਤੇ ਬਹੁਤ ਚੰਗਾ ਹੁੰਦਾ ਹੈ। ਇਸ ਨੂੰ ਗਾਜਰ ਦੇ ਜੂਸ ਵਿੱਚ ਮਿਲਾ ਕੇ ਵੀ ਪੀਤਾ ਜਾ ਸਕਦਾ ਹੈ। ਖੀਰਾ ਸੂਰਜ ਦੀ ਗਰਮੀ ਤੋਂ ਚਮੜੀ ਨੂੰ ਸੜਨ ਤੇ ਬਚਾਉਂਦਾ ਹੈ। ਬੀਪੀ ਵੱਧਦਾ ਹੋਵੇ ਜਾਂ ਘਟਦਾ ਹੋਵੇ, ਖੀਰਾ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਖੀਰਾ ਕੋਲੈਸਟ੍ਰੋਲ ਨੂੰ ਠੀਕ ਰੱਖਦਾ ਹੈ, ਜਿਸ ਨਾਲ ਦਿਲ ਤੰਦਰੁਸਤ ਰਹਿੰਦਾ ਹੈ। ਅਗਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਖੀਰੇ ਦਾ ਵੱਧ ਤੋਂ ਵੱਧ ਖਾਣੇ ਵਿੱਚ ਇਸਤੇਮਾਲ ਕਰੋ। ਖੀਰੇ ਦੇ ਟੁਕੜੇ ਨੂੰ ਚੂਸਣ ਨਾਲ ਦੰਦ ਅਤੇ ਮਸੂੜੇ ਠੀਕ ਰਹਿੰਦੇ ਹਨ। ਜ਼ਰੂਰੀ ਗੱਲ, ਖੀਰਾ ਖਾਣ ਤੋਂ ਬਾਅਦ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ, ਕਿਉਂਕਿ ਖੀਰੇ ਵਿੱਚ 85% ਤੋਂ ਜ਼ਿਆਦਾ ਪਾਣੀ ਹੁੰਦਾ ਹੈ, ਜਿਸ ਨਾਲ ਪਾਣੀ ਪੀਣ 'ਤੇ ਢਿੱਡ ਨੂੰ ਬਿਮਾਰੀ ਹੋ ਸਕਦੀ ਹੈ। ਆਪਣੇ ਸੁਝਾਅ ਦੇਣ ਲਈ ਵੀਡੀਓ ਥੱਲੇ ਕਮੈਂਟ ਜ਼ਰੂਰ ਕਰੋ। ਵੀਡੀਓ ਵੇਖਣ ਦੇ ਲਈ ਧੰਨਵਾਦ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।